ਹੁਣ ਤੁਹਾਨੂੰ ਟੂਰ ਕਰਾਉਂਦੇ ਹਾਂ ਡਰੋਨ ਦੀ ਅੱਖ ਨਾਲ ਪੂਰੇ ਸ਼ਹਿਰ ਦਾ, ਅਤੇ ਜੋ ਸ਼ਹਿਰ ਉੱਪਰੋਂ ਦੇਖਦਾ ਲਾਜਵਾਬ। ਨਾਲੇ ਸ਼ਿਪ ਦਾ ਟੂਰ ਕਰਦੇ ਹਾਂ, ਦੇਖਦੇ ਹਾਂ। ਮੈਂ ਤਾਂ ਸੱਚੀ ਸ਼ਿਪ ਜੀ ਚੜਿਆ ਹੀ ਨਹੀਂ ਕਦੇ, ਛੋਟੇ ਜਿਹੇ ਚੜਿਆ ਜਿਹੜੇ ਉਹ ਪਿਛੁਲਣ ਡੇ ਜਿਹੇ ਹੁੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨਦੀਪ ਸਿੰਘ, ਅਤੇ ਅੱਜ ਆਏ ਹਾਂ ਆਪਾਂ ਕਰੋਸ਼ੀਆ ਦੇਸ਼ ਘੁੰਮਣ, ਜਿਹਨੂੰ ਕਰਾਸ਼ੀਆ ਵੀ ਕਹਿ ਦਿੰਦੇ, ਕਰੋਸ਼ੀਆ ਵੀ ਕਹਿ ਦਿੰਦੇ, ਤਿੰਨ ਚਾਰ ਨਾਮਾਂ ਦੇ ਨਾਲ ਬੁਲਾਇਆ ਜਾਂਦਾ। ਅੱਜ ਆਪਾਂ ਦੇਖਾਂਗੇ ਕਿਸ ਤਰ੍ਹਾਂ ਦਾ ਇਹ ਦੇਸ਼ ਆ, ਕਿਸ ਤਰ੍ਹਾਂ ਦਾ ਇਹ ਸ਼ਹਿਰ ਆ। ਆਪਾਂ ਆਏ ਹਾਂ ਕਰੋਸ਼ੀਆ ਦੇ ਰੇਕਾ ਸ਼ਹਿਰ। ਆਜੋ ਹੁਣ ਆਪਾਂ ਇਸ ਕੰਟਰੀ ਦੀਆਂ, ਇਸ ਸ਼ਹਿਰ ਦੀਆਂ ਵਧੀਆ ਵਧੀਆ ਜਿਹੜੀਆਂ ਸਭ ਤੋਂ ਵਧੀਆ ਅਤੇ ਘੈਂਟ ਚੀਜ਼ਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਉਹ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਏ ਤਾਂ ਇੱਥੇ ਆਪਾਂ ਸਵੇਰ ਦੇ ਸੀ, ਅਤੇ ਇੱਥੇ ਬਾਰਿਸ਼ ਬਹੁਤ ਲੱਗ ਗਈ, ਉਹਦੇ ਕਰਕੇ ਫਿਰ ਕਾਫੀ ਟਾਈਮ ਆਪਾਂ ਨੂੰ ਵੇਟ ਕਰਨਾ ਪਿਆ। ਅਤੇ ਇੱਕ ਦਿਲ ਕਰਦਾ ਸੀ ਕਿ ਚਲੀ ਜਾਈਏ, ਨਿਕਲ ਜਾਈਏ, ਕਿਉਂਕਿ ਦੂਰ ਵੀ ਵਾਹਵਾ ਪੈ ਜਾਂਦਾ ਸੀ। ਕੱਲ੍ਹ ਦੇ ਆਏ ਹੋਏ ਹਾਂ, ਅਤੇ ਬਹੁਤ ਸੋਹਣੀ ਜਗ੍ਹਾ, ਬਹੁਤ ਸੋਹਣੀ ਇਹ ਬੀਚ ਆ, ਅਤੇ ਇੱਥੋਂ ਆ ਵੱਡੇ ਕਰੂਜ਼ ਸਾਰੇ ਚੱਲਦੇ ਆ। ਅਤੇ ਹੁਣ ਤੁਹਾਨੂੰ ਆਪਾਂ ਇੱਥੇ ਦਾ ਨਜ਼ਾਰਾ ਡਰੋਨ ਦੀ ਅੱਖ ਨਾਲ ਦਿਖਾਉਂਦੇ ਹਾਂ, ਅਤੇ ਹੁਣ ਆਪਾਂ ਡਰੋਨ ਉਡਾਉਂਦੇ ਹਾਂ। ਜੋ ਨਜ਼ਾਰਾ ਡਰੋਨ ਦੀ ਅੱਖ ਨਾਲ ਆ ਉਹ ਥੱਲੇ ਘੁੰਮ ਕੇ ਕਦੇ ਵੀ ਨਹੀਂ ਦੇਖ ਸਕਦੇ। ਅਤੇ ਆਪਾਂ ਨਵਾਂ ਡਰੋਨ ਲਿਆ ਅਤੇ ਪਹਿਲੀ ਵਾਰੀ ਫਲਾਈ ਕੀਤਾ ਵਾ ਇੱਥੇ ਆਣ ਕੇ, ਅਤੇ ਦੇਖੋ ਇੱਕ ਵਾਰੀ ਵਿਊ ਕਰੋਸ਼ੀਆ ਦਾ, ਇਹ ਰੇਕਾ ਸ਼ਹਿਰ ਐਡਾ ਸੋਹਣਾ, ਬੈਕ ਸਾਈਡ 'ਤੇ ਪਹਾੜੀਆਂ ਹੀ ਪਹਾੜੀਆਂ, ਅਤੇ ਅੱਗੇ ਬੀਚ, ਅਤੇ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਰੋਮੈਂਟਿਕ ਸ਼ਹਿਰ ਆ, ਬਹੁਤ ਸਿਟੀ ਸੋਹਣੀ ਹੈ, ਅਤੇ ਇਸ ਦੇ ਘਰ ਐਡੇ ਕੁ ਸੋਹਣੇ ਆ, ਪਿੰਡ ਬਹੁਤ ਸੋਹਣਾ ਹੈ। ਵੈਸੇ ਫਿਰ ਵੀ ਕੈਮਰੇ ਦੀ ਅੱਖ ਨਾਲ ਉਹ ਚੀਜ਼ ਨਹੀਂ ਦੇਖ ਹੁੰਦੀ ਜੋ ਆਪਾਂ ਉੱਥੇ ਖੜ੍ਹ ਕੇ ਉਸ ਚੀਜ਼ ਨੂੰ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਪਹਾੜਾਂ ਦਾ ਇਹ ਏਰੀਆ, ਪਹਾੜੀ ਏਰੀਆ, ਬੀਚ ਵਾਲਾ ਏਰੀਆ, ਵਿੱਚ ਘਰ, ਮੈਦਾਨੀ ਇਲਾਕਾ ਵੀ ਵਿੱਚ ਹੈ, ਬਹੁਤ ਸੋਹਣੀ ਸਿਟੀ ਰੇਕਾ। ਅਤੇ ਜਿਹੜੇ ਮੇਰੇ ਵੀਰ ਇੱਥੇ ਰਹਿੰਦੇ ਆ ਜ਼ਰੂਰ ਇੱਕ ਵਾਰ ਇੱਥੇ ਘੁੰਮ ਕੇ ਆਇਓ, ਰੇਕਾ ਕਰੋਸ਼ੀਆ ਦੇ ਵਿੱਚ। ਅਤੇ ਇੱਥੇ ਕਹਿੰਦੇ ਟ੍ਰੇਨਾਂ ਵੀ, ਕਹਿੰਦੇ ਸੜਕ 'ਤੇ ਹੀ ਚੱਲਦੀਆਂ, ਕਹਿੰਦੇ ਇੱਥੇ ਟ੍ਰੇਨਾਂ ਵੀ ਸੜਕ 'ਤੇ, ਇਹ ਪੁਰਾਣੀ ਟ੍ਰੇਨ ਲਾਈਨ ਆ, ਜਿੱਦਾਂ ਬੰਦ ਆ ਵੈਸੇ ਤਾਂ ਉੱਦਾਂ। ਇੱਥੇ ਹੁਣ ਟ੍ਰੇਨਾਂ ਦੀ ਜਗ੍ਹਾ 'ਤੇ ਗੱਡੀਆਂ ਚੱਲਦੀਆਂ, ਗੱਡੀਆਂ ਤਾਂ ਬਹੁਤ ਸੋਹਣਾ ਇਹ ਦੇਸ਼ ਮਿੱਤਰੋ, ਰੇਕਾ ਸ਼ਹਿਰ ਬਹੁਤ ਸੋਹਣਾ। ਅਤੇ ਆਹ ਜੋ ਸ਼ਿਪ ਆ, ਇਹ ਆਪਾਂ ਲਾ ਦੇਣਾ ਸ਼ਿਪ ਆ, ਹੈ ਤਾਂ ਸ਼ਿਪ ਹੀ ਆ, ਪਰ ਇਹ ਇਹਨਾਂ ਨੇ ਰੈਸਟੋਰੈਂਟ ਬਣਾਇਆ, ਬਾਰ ਬਣਾਈ ਆ। ਅਤੇ ਦੇਖਦੇ ਹਾਂ ਜਾ ਕੇ ਕੋਫੀ ਕਾਫੀ ਦਾ ਕੀ ਸਿਸਟਮ ਆ। ਸ਼ਿਪ ਦੇ ਵਿੱਚ ਗਿਆ ਨਹੀਂ ਆ ਦਾ ਅੰਦਰ, ਨਾਲੇ ਤੁਹਾਨੂੰ ਅੰਦਰ ਦਾ ਟੂਰ ਕਰਾਉਂਦੇ ਹਾਂ ਇਹਦਾ, ਅਤੇ ਨਾਲੇ ਆ ਜਾਓ ਕੋਫੀ ਇੰਜੋਏ ਕਰਦੇ ਹਾਂ, ਕੋਫੀ ਪੀਂਦੇ ਹਾਂ। ਵਾਹ ਕਿਆ ਬਾਤ ਆ, ਪੁੱਛਦੇ ਇਹਨਾਂ ਨੂੰ। ਅਤੇ ਹੁਣ ਆਪਾਂ ਤੁਹਾਨੂੰ ਟੂਰ ਕਰਾਵਾਂਗੇ ਇਸ ਸ਼ਿਪ ਦਾ, ਅਤੇ ਇਹ ਇੱਧਰ ਹੋਟਲ ਆ, ਇੱਥੇ ਰੂਮਸ ਆ ਜਿਹੜੇ ਇਹਨਾਂ ਨੇ ਸਟੇਅ ਕਰਨੀ, ਹੋਟਲ ਬੁੱਕ ਕਰਵਾਏ ਜਿਹਨਾਂ ਨੇ ਉਹਨਾਂ ਦੇ ਲਈ। ਇਹ ਇੱਥੇ ਦਾ ਰਿਸੈਪਸ਼ਨ ਆ, ਅਤੇ ਬਹੁਤ ਸੋਹਣਾ ਬਣਾਇਆ ਹੋਇਆ ਅੰਦਰ ਦੀ ਸਾਈਡ ਤੋਂ, ਇਹ ਰੱਸੇ ਰੁੱਸੇ ਪਏ ਆ ਇਹਨਾਂ ਦੇ। ਅਤੇ ਜੋ ਕੌਫੀ ਬਾਰ ਆ ਉਹ ਉੱਪਰ ਆ ਅਪਸਟੈਅਰਸ, ਹੁਣ ਆਪਾਂ ਉੱਪਰ ਚੱਲਦੇ ਹਾਂ। ਆ ਜਾਓ ਕੌਫੀ ਬਾਰ, ਫ੍ਰੀ ਵਾਈਫਾਈ ਹੈ ਇੱਧਰ ਵੀ।
ਇਹ ਰੈਸਟੋਰੈਂਟ ਆ, ਰੈਸਟੋਰੈਂਟ ਆ ਬਾਰ, ਜਿਹੜੀ ਬਾਰ ਕੋਫੀ ਆ ਉਹ ਉੱਪਰ ਆ, ਤੁਹਾਨੂੰ ਰੈਸਟੋਰੈਂਟ ਦੱਸਦਾ। ਰੈਸਟੋਰੈਂਟ ਦੇਖੋ ਕਿੱਡਾ ਸੋਹਣਾ ਬਣਾਇਆ, ਅੰਦਰੋਂ ਇੱਦਾਂ ਲੱਗਦਾ ਜਿੱਦਾਂ ਇੱਕ ਘਰ ਹੀ ਹੁੰਦਾ, ਇੱਕ ਜਿੱਦਾਂ ਰੈਸਟੋਰੈਂਟ ਹੀ ਹੁੰਦਾ, ਪਰ ਇਹ ਹੈ ਸ਼ਿਪ ਦੇ ਵਿੱਚ ਆ, ਬਹੁਤ ਹੀ ਸੋਹਣਾ ਯਾਰ ਅੰਦਰੋਂ। ਕਹਿੰਦੇ ਕੋਫੀ ਤਾਂ ਤੁਸੀਂ ਨਹੀਂ ਪੀ ਸਕਦੇ ਕਿਉਂਕਿ ਉੱਪਰ ਆਪਾਂ ਬੰਦ ਕੀਤਾ ਹੋਇਆ, ਪ੍ਰਪਰੇਸ਼ਨ ਕਰ ਰਹੇ ਹਾਂ ਕਿਸੇ ਦੀ ਕੋਈ ਪਾਰਟੀ ਹੋਊਗੀ, ਅਤੇ ਕਹਿੰਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਆ ਜਾਓ ਆਪਾਂ ਵਿਜ਼ਿਟ ਕਰਕੇ ਆਉਂਦੇ ਹਾਂ ਉੱਪਰ ਦੇਖ ਕੇ। ਕਿੱਡਾ ਸੋਹਣਾ ਬਣਾਇਆ ਉੱਪਰ, ਇੱਧਰ ਬਹਿਣ ਨੂੰ ਏਰੀਆ, ਇੱਧਰਲੀ ਸਾਈਡ ਬਾਹਰ ਆ। ਇਹ ਬਾਹਰ ਆ ਇਹਨਾਂ ਦੀ, ਇੱਥੋਂ ਵਿਊ ਦੇਖੋ ਬਾਹਰ ਦਾ ਕਿੱਡਾ ਸੋਹਣਾ ਆ ਰਿਹਾ। ਪਰ ਇੱਕ ਹੀ ਮਾੜੀ ਗੱਲ ਆ ਕਿ ਆਪਾਂ ਕੋਫੀ ਨਹੀਂ ਪੀ ਸਕਦੇ, ਕਿ ਇਹ ਪ੍ਰਪਰੇਸ਼ਨ ਕਰ ਰਹੇ ਆ ਕਿ ਇਹਦੀ ਪਾਰਟੀ ਹੈ ਤੁਸੀਂ ਜਿੱਦਾਂ, ਅਤੇ ਉਹ ਆਪਾਂ ਨੂੰ ਸੌਂਕ ਪਤਾ ਇੱਦਾਂ। ਇਹ ਇੱਦਾਂ ਲੱਗਦਾ ਹੀ ਨਹੀਂ ਕਿ ਇੱਕ ਜਹਾਜ਼ ਦੇ ਇੱਕ ਸ਼ਿਪ ਦੇ ਵਿੱਚ ਇਹ ਰੈਸਟੋਰੈਂਟ ਆ ਜਾਂ ਬਾਰ ਆ, ਇੱਦਾਂ ਲੱਗਦਾ ਜਿੱਦਾਂ ਬਣਿਆ ਹੁੰਦਾ, ਅਤੇ 5-star ਹੋਟਲ ਨੂੰ ਮਾਤ ਪਾਉਂਦਾ, ਬਹੁਤ ਹੀ ਸੋਹਣਾ। ਹੁਣ ਆਪਾਂ ਚੱਲੇ ਹਾਂ, ਇਹ ਇਹਨਾਂ ਦਾ ਥੀਏਟਰ ਰੂਮ ਜਿੱਥੇ ਸਿਨੇਮਾ ਟਾਈਪ ਜਿੱਦਾਂ ਫਿਲਮਾਂ ਦਿਖਾਉਂਦੇ ਆ ਜਹਾਜ਼ਾਂ ਦੇ ਵਿੱਚ, ਆਪਾਂ ਅਕਸਰ ਵੇਖਿਆ, ਆ ਜੋ ਵੀ ਏਰੀਆ ਤੁਹਾਨੂੰ। ਬਹੁਤ ਹੀ ਪ੍ਰੋਜੈਕਟਰ ਲਾਇਆ, ਪ੍ਰੋਜੈਕਟਰ ਤੋਂ ਫਿਲਮਾਂ ਦਿਖਾਉਂਦੇ, ਸ਼ੋ ਕੁਛ ਵੀ ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਅਕਸਰ ਵੇਖਦੇ ਹਾਂ ਕਿ ਮੈਜਿਕ ਜਾਂ ਕੋਈ ਜਾਦੂ ਵਾਲਾ ਜਾਂ ਕੁਛ ਨਾ ਕੁਛ, ਅਤੇ ਬਹੁਤ ਵਧੀਆ। ਅਤੇ ਆਪਾਂ ਵੈਸੇ ਇਹਨਾਂ ਤੋਂ ਪੂਰੀ ਪਰਮਿਸ਼ਨ ਲਈ ਆ ਪੂਰੇ ਸ਼ਿਪ ਨੂੰ ਵਿਜ਼ਿਟ ਕਰਨ ਦੇ ਲਈ, ਅਤੇ ਉਹ ਕਹਿੰਦੇ ਤੁਸੀਂ ਕਰ ਸਕਦੇ ਹਾਂ। ਜਿਹੜਾ ਕਰੂ ਆ ਜਾਂ ਸਟਾਫ ਆ ਬਹੁਤ ਵਧੀਆ ਹੀ ਨਾਈਸ ਸੀ, ਅਤੇ ਉਹਨਾਂ ਦੀ ਬਦੌਲਤ ਆਪਾਂ ਦੇਖ ਰਹੇ ਹਾਂ। ਅਤੇ ਇਹਦੀ ਬਾਲਕੋਨੀ ਸ਼ਿਪ ਦੀ ਬੈਕ ਸਾਈਡ ਹੁੰਦੀ ਜਿਹੜੀ, ਅਤੇ ਬਾਹਰ ਨੂੰ ਇੱਥੋਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਸ ਬੀਚ ਦਾ ਸਾਰਾ ਵਿਊ। ਕਿਆ ਬਾਤ ਆ, ਇਹ ਸ਼ਹਿਰ ਦਾ ਨਾਮ ਆ ਰੇਕਾ, ਅਤੇ ਬਹੁਤ ਹੀ ਸੋਹਣੀ ਸਿਟੀ ਆ। ਕਿੰਨੀਆਂ ਮੱਛੀਆਂ, ਓਏ ਹੋਏ ਹੋਏ, ਕਰੂਜ਼ ਦੇ ਆਲੇ ਦੁਆਲੇ, ਇਹ ਸ਼ਿਪ ਦੇ ਆਲੇ ਦੁਆਲੇ, ਮੇਰੇ ਹਿਸਾਬ ਨਾਲ ਤਾਂ ਇੰਨੀਆਂ ਮੱਛੀਆਂ ਕਿ ਇਹਨਾਂ ਨੂੰ ਕੁਛ ਨਾ ਕੁਛ ਜਿਹੜੇ ਇਹਨਾਂ 'ਚੋਂ ਖਾਂਦੇ ਪੀਂਦੇ ਆ ਰੈਸਟੋਰੈਂਟ ਵਾਲੇ ਜਾਂ ਕੁਛ ਨਾ ਕੁਛ ਇਹਨਾਂ ਨੂੰ ਪਾ ਦਿੰਦੇ ਹੋਣਗੇ। ਦੇਖੋ ਸਹੀ ਕਿੰਨਾ ਹੈ ਨਾ, ਕਿੰਨੀਆਂ ਸੋਹਣੀਆਂ ਸੋਹਣੀਆਂ। ਬਸ ਇੱਕੋ ਹੀ ਚੀਜ਼ ਜੀ ਨਹੀਂ ਸਹੀ ਲੱਗੀ ਆਪਾਂ ਨੂੰ, ਜਿਹੜੀ ਇਹਦੇ ਉੱਪਰ ਨਹੀਂ ਜਾ ਸਕਦੇ ਉੱਪਰ ਜਿੱਦਾਂ ਬੰਦ ਹੀ, ਬਾਕੀ ਤਾਂ ਬਹੁਤ ਸੋਹਣਾ ਰਿਹਾ ਟੂਰ। ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਲੱਗਾ। ਇਹ ਮੇਰੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਇਹ ਇੱਥੇ ਸਾਰੀਆਂ ਜਿਹੜੀਆਂ ਕਰੂਜ਼ ਆ ਜਿਹੜੇ ਸ਼ਿਪ ਆ ਇਹਨਾਂ ਨੂੰ ਬਾਹਰ ਕੱਢਣ ਵਾਲਾ ਕਰੇਨ ਆ, ਜਿਹਨੂੰ ਆਪਾਂ ਕਰੇਨ ਕਹਿ ਦਿੰਦੇ, ਇਹ ਉਹ ਆ ਇੱਥੇ ਦਾ, ਇੱਥੇ ਦੇ ਜਿੰਨੇ ਵੀ ਸ਼ਿਪ ਆ ਅਤੇ ਇਹ ਇੱਥੇ ਆਉਂਦੇ। ਅਤੇ ਇੱਧਰੋਂ ਮੈਂ ਤੁਹਾਨੂੰ ਆਪਣੀ ਬੈਕ ਸਾਈਡ ਦਿਖਾਵਾਂ, ਜਿੱਦਾਂ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ
ਉਹ ਇੱਥੇ ਦਾ ਟਾਵਰ ਆ, ਜਿੱਦਾਂ ਆਪਣਾ ਏਅਰਪੋਰਟ 'ਤੇ ਟਾਵਰ ਨਹੀਂ ਹੁੰਦਾ ਜਿਹੜੇ ਸਾਰੇ ਸਿਗਨਲ ਭੇਜਦਾ ਸਾਰਾ ਕੁਛ ਜਿਹਦੇ ਥਰੂ ਆਉਂਦਾ, ਜਿੱਥੇ ਪੂਰੀ ਉਹਦੀ ਰਡਾਰ ਡਰੂਰ ਜੋ ਵੀ ਚੈੱਕ ਹੁੰਦਾ ਹੈ ਨਾ, ਅਤੇ ਉਹ ਆ ਉੱਥੇ ਇਹਨਾਂ ਦਾ ਮੇਨ। ਅਤੇ ਇਹ ਰੇਕਾ ਸ਼ਹਿਰ ਆ, ਬਹੁਤ ਸੋਹਣੀ ਸਿਟੀ ਆ, ਅਤੇ ਜ਼ਰੂਰ ਜਿਹੜੇ ਮੇਰੇ ਭੈਣ ਭਰਾ ਇੱਥੇ ਰਹਿੰਦੇ ਆ ਜ਼ਰੂਰ ਆਇਓ ਘੁੰਮਣ, ਬਹੁਤ ਸੋਹਣੀ ਸਿਟੀ ਆ। ਅਤੇ ਉਹ ਇੱਥੇ ਦੀ ਐਂਬੂਲੈਂਸ ਆ, ਪੀਲੇ ਰੰਗ ਦਾ ਹੈਲੀਕਾਪਟਰ, ਜਿਹੜਾ ਪੀਲੇ ਰੰਗ ਦਾ ਹੈਲੀਕਾਪਟਰ ਹੁੰਦਾ ਉਹ ਐਂਬੂਲੈਂਸ ਹੁੰਦੀ ਆ। ਹੁਣ ਤੁਹਾਨੂੰ ਆਪਾਂ ਕਰੋਸ਼ੀਆ ਦੀ ਡਾਰਕ ਸਾਈਡ ਵੀ ਦਿਖਾਉਂਦੇ ਹਾਂ, ਇਸ ਦੇ ਇਸ ਦੇਸ਼ ਦੀ ਇਸ ਸਿਟੀ ਦੀ, ਰੇਕਾ ਸਿਟੀ ਹੈ ਜਿਸ ਦਾ ਨਾਮ। ਅਤੇ ਇੱਥੇ ਦੇਖੋ, ਇਹ ਦੇਖ ਲਓ ਹਰ ਦੇਸ਼ ਦੇ ਵਿੱਚ ਆ ਕਿ ਥੱਲੇ ਇੱਥੇ ਹੀ ਆ, ਬਾਹਰ ਹੀ ਸੁੱਤੇ ਆ। ਅਤੇ ਇਹ ਜ਼ਿਆਦਾਤਰ ਮੇਰੇ ਹਿਸਾਬ ਨਾਲ ਨਸ਼ੇੜੀ ਹੁੰਦੇ ਆ ਉਹੀ ਆ, ਅਤੇ ਇਹ ਖੰਡਰ ਜਿਹਾ ਵਾ ਜਿਸ 'ਚ ਜਿਹੜੇ ਜਿਹਦੇ ਵਿੱਚ ਇਹਦੇ ਵਿੱਚ ਵੀ ਰਹਿੰਦੇ ਹੋਣਗੇ ਜਿੱਥੇ ਤੱਕ ਮੈਨੂੰ ਲੱਗਦਾ, ਪਰ ਇਹਦੇ ਬਾਹਰ ਵਾਲੀ ਸਾਈਡ ਆ। ਅਤੇ ਬਹੁਤ ਇੱਧਰ ਖਲਾਰਾ ਖਲੂਰਾ ਇਹ ਬੜਾ ਪਾਇਆ ਕੱਪੜਿਆਂ ਕੁੱਪੜਿਆਂ ਦਾ, ਇਹ ਵੀ ਇੱਕ ਹਰ ਦੇਸ਼ ਦਾ ਇੱਕ ਹਿੱਸਾ ਹੈ ਵੀ। ਅਤੇ ਜਿੱਦਾਂ ਇਹਨਾਂ ਨਾਲ ਸਾਰੇ ਆਪ ਬਾਹਰ ਦੇਖੋ ਬੈੱਡ ਲਾਏ ਆ, ਅਤੇ ਪੱਕਾ ਇਹਦੇ ਅੰਦਰ ਵੀ ਰਹਿੰਦੇ ਹੋਣਗੇ। ਅਤੇ ਇਹ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਲੱਗਣ ਦਿਆ ਇਹ ਪੁਰਾਣਾ ਸਟੇਸ਼ਨ ਆ ਇੱਥੇ ਦਾ, ਥੱਲੇ ਆ ਪਟਰੀਆਂ ਵਾ ਇੱਧਰਲੀ ਸਾਈਡ, ਪੁਰਾਣਾ ਸਟੇਸ਼ਨ ਹੋਣਾ ਹੈ, ਅਤੇ ਦੂਸਰਾ ਹੁਣ ਨਵਾਂ ਬਣਿਆ ਹੋਣਾ, ਅਤੇ ਉਹਦੇ ਕਰਕੇ ਦੇਖੋ ਇੱਥੇ ਬਾਹਰ ਸਾਰੇ ਹੀ ਅੱਗੇ ਉਹ ਸਾਹਮਣੇ ਵੀ ਬਾਹਰ ਹੀ ਸੁੱਤਾ ਪਿਆ, ਅਤੇ ਖੰਡਰ ਇਮਾਰਤਾਂ ਦੇ ਵਿੱਚ। ਇਹ ਵੀ ਇੱਕ ਜ਼ਿੰਦਗੀ ਆ ਇੱਥੇ ਦੀ।